ਜੀ, ਅੱਜ ਦਾ ਪ੍ਰੋਗਰਾਮ ਦੀ ਇਸ ਗੱਲ ਨੂੰ ਵਿਸ਼ੇਸ਼ਤਾ ਕਿ ਪਾਤਰ ਸਾਹਿਬ ਦੀ ਯਾਦ 'ਚ ਬਹੁਤ ਸਾਰੇ ਸਮਾਗਮ ਹੋਏ ਨੇ, ਅੱਗੇ ਵੀ ਹੋਣਗੇ, ਪਰ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਸੀ ਕਿ ਇਹ ਕਲਾ ਅਤੇ ਕਲਮਾਂ ਵਾਲਿਆਂ ਵੱਲੋਂ, ਦੂਜੇ ਬੰਨੇ ਮਿਹਨਤ ਕਸ਼ ਲੋਕਾਂ ਦੇ ਵੱਲੋਂ ਸਮਾਗਮ ਸੀ। ਇਹ ਸੰਘਰਸ਼ ਦੇ ਮੈਦਾਨ 'ਚ ਆਪਣੇ ਹੱਕਾਂ ਲਈ ਅਤੇ ਆਪਣੀ ਮੁਕਤੀ ਲਈ ਜੂਝਦੇ ਲੋਕਾਂ ਵੱਲੋਂ ਸੀ, ਅਤੇ ਉੱਧਰੋਂ ਕਵੀਆਂ, ਲੇਖਕਾਂ, ਚਿੱਤਰਕਾਰਾਂ, ਤਰਕਸ਼ੀਲਾਂ ਅਤੇ ਡੈਮੋਕ੍ਰੈਟਿਕ ਜਮਹੂਰੀ ਲੋਕਾਂ ਵੱਲੋਂ ਸੀ। ਇੱਕ ਬੰਨੇ ਬੁੱਧੀਮਾਨ ਵਿਦਵਾਨ ਲੋਕ, ਪੱਤਰਕਾਰ, ਲੇਖਕ, ਕਵੀ, ਫੋਟੋ ਜਰਨਲਿਸਟ ਨੇ ਉਹ ਸੀ, ਅਤੇ ਇਹ ਵੱਖ ਵੱਖ ਝਰਨੇ ਲੋਕਾਂ ਦੇ ਅਤੇ ਲੋਕਾਂ ਦੀ ਮੁਕਤੀ ਵਾਸਤੇ ਜੂਝਦੇ ਲੋਕਾਂ ਦੇ ਝਰਨਿਆਂ ਦਾ ਆਪਸ ਦੇ ਵਿੱਚ ਸੁਮੇਲ ਹੋਇਆ, ਸੰਗਮ ਹੋਇਆ, ਅਤੇ ਇੱਕ ਸਾਗਰ ਸੀ ਬਰਨਾਲੇ ਦੀ ਦਾਣਾ ਮੰਡੀ ਜੁੜਿਆ, ਸਾਹਿਤਕਾਰਾਂ, ਲੇਖਕਾਂ ਦਾ, ਕਵੀਆਂ ਦਾ ਅਤੇ ਵਿਦਵਾਨ ਲੋਕਾਂ ਦਾ। ਅੱਜ ਦੇ ਸਮਾਗਮ ਇਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਜਦੋਂ ਜਿਸ ਮੌਕੇ ਮੁਲਕ ਦੇ ਅੰਦਰ ਮੁਲਕ ਦਾ ਪ੍ਰਧਾਨ, ਨਵਾਂ ਪ੍ਰਧਾਨ ਮੰਤਰੀ ਬਣ ਜਾ ਰਿਹਾ ਅਤੇ ਉਹ ਆਪਣਾ ਤਿਲਕ ਲਗਾ ਰਿਹਾ, ਤਾਂ ਉਸ ਮੌਕੇ ਇੱਕ ਬੰਨੇ ਲੋਕਾਂ ਦੀ ਆਪ ਦੀ ਤਾਕਤ ਦਾ ਬਿੰਬ ਦੇ ਤੌਰ 'ਤੇ ਪਾਤਰ ਦੀ ਕਵਿਤਾ ਖੜ੍ਹੀ ਹੋਈ, ਲੋਕਾਂ ਦੀ ਕਵਿਤਾ ਖੜ੍ਹੀ ਹੋਈ, ਰੰਗਮੰਚ ਖੜ੍ਹਾ ਹੋਇਆ, ਜੂਝਦੇ ਲੋਕਾਂ ਨੇ ਅੱਜ ਦੀ ਇੱਥੇ ਖੜ੍ਹੇ ਹੋ ਕੇ ਦਾਣਾ ਮੰਡੀ 'ਚ ਪਾਤਰ ਦੇ ਸਬੱਬ ਨਾਲ ਇਹ ਅਹਿਦ ਕੀਤਾ ਕਿ ਸਰਕਾਰਾਂ ਆਈਆਂ ਨੇ ਅਤੇ ਗਈਆਂ ਨੇ, ਕਿਸੇ ਦੀ ਤੱਕੜੀ, ਕਿਸੇ ਦਾ ਪੰਜਾ, ਕਿਸੇ ਦਾ ਤੀਰ ਕਮਾਣ, ਲੋਕਾਂ ਦੀ ਅੱਖ 'ਚੋਂ ਵਗਦਾ ਹੰਝੂ ਸਾਡਾ ਚੋਣ ਨਿਸ਼ਾਨ, ਕਿ ਜਦ ਤੱਕ ਲੋਕਾਂ ਦੀ ਅੱਖ 'ਚ ਹੰਝੂ ਰਹੂਗਾ, ਕਰਜ਼ੇ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਪ੍ਰਵਾਸ, ਨਸ਼ੇ, ਗੁੰਡਾਗਰਦੀ, ਫਿਰਕਾਪ੍ਰਸਤੀ, ਜਾਤ ਪਾਤ ਰਹੂਗੀ, ਉਦੋਂ ਤੱਕ ਗਦਰੀ ਬਾਬਿਆਂ ਦੇ ਵਾਰਸ, ਭਗਤ ਸਰਾਭੇ ਦੇ ਵਾਰਸ, ਪਾਤਰ ਕਵੀ ਅਤੇ ਸੰਤ ਰਾਮ ਉਦਾਸੀ ਦੇ ਵਾਰਸ ਮੈਦਾਨ 'ਚ ਰਹਿਣਗੇ। ਸੋ ਅੱਜ ਦਾ ਇੱਕ ਸਮਾਗਮ ਆਪਣੇ ਆਪ 'ਚ ਮੀਲ ਪੱਥਰ ਆ, ਜਿਹਨੇ ਇਹ ਕਿਹਾ ਕਿ ਕੀ ਹੋਇਆ ਜੇ ਆਈ ਪੱਤਝੜ, ਤੂੰ ਅਗਲੀ ਰੁੱਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਂਦਾ ਹਾਂ ਕਿਤਿਓਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅੱਜ ਪਾਤਰ ਦੇ ਪਰਿਵਾਰ ਨੂੰ, ਪਾਤਰ ਦੀ ਜੀਵਨ ਸਾਥਣ ਭੁਪਿੰਦਰ ਸੀ, ਪਾਤਰ ਦਾ ਭਰਾ ਉਪਕਾਰ ਸੀ, ਪਾਤਰ ਸਾਹਿਬ ਦਾ ਬੇਟਾ ਮਨਰਾਜ ਪਾਤਰ ਸੀ, ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਸੀ, ਪਾਤਰ ਸਾਹਿਬ ਦੀਆਂ ਭੈਣਾਂ ਸੀ, ਉਹਨਾਂ ਸਾਰਿਆਂ ਨੂੰ ਧਰਤੀ ਦਾ ਗੀਤ ਨਾਂ ਦਾ ਸਨਮਾਨ ਦਿੱਤਾ। ਕੋਈ 15,000 ਲੋਕਾਂ ਨੇ ਖੜ੍ਹੇ ਹੋ ਕੇ ਉਹਨਾਂ ਦੀ ਝੋਲੀ ਸਨਮਾਨ ਪਾਇਆ, ਇਹ ਪਾਤਰ ਦੀ ਕਰਨੀ ਨੂੰ ਸਿਜਦਾ ਕੀਤਾ ਅਤੇ ਨਾਲ ਕਿਹਾ ਕਿ ਪਾਤਰ ਸਾਹਿਬ ਕਿਤੇ ਨਹੀਂ ਗਏ, ਉਹ ਸਾਡੇ ਦਿਲਾਂ 'ਚ ਨੇ ਅਤੇ ਸਦਾ ਹੀ ਵੱਸਦੇ ਰਹਿਣਗੇ। ਅਤੇ ਨਾਲ ਅੱਜ ਅਹਿਦ ਲਿਆ ਕਿਰਤੀਆਂ ਅਤੇ ਕਿਸਾਨਾਂ ਨੇ, ਅਸੀਂ ਸੂਰਜਮੁਖੀ ਬਥੇਰੀ ਬੀਜ ਲਈ, ਝੋਨਾ, ਕਣਕ, ਆਲੂ ਬਥੇਰੇ ਲਾ ਲਏ, ਗੰਨਾ ਬਥੇਰਾ ਬੀਜ ਲਿਆ, ਹੁਣ ਅਸੀਂ ਅਕਲਾਂ ਦੀ ਖੇਤੀ ਕਰਾਂਗੇ, ਫਸਲਾਂ ਦੀ ਖੇਤੀ ਬਥੇਰੀ ਕਰ ਲਈ। ਇਸ ਕਰਕੇ ਇੱਥੇ ਗਦਰੀ ਬਾਬਿਆਂ ਦਾ, ਭਗਤ ਸਰਾਭਿਆਂ ਦਾ, ਪਾਤਰ ਵਰਗੇ ਦੇ ਲੋਕਾਂ ਦੇ ਸੁਪਨਿਆਂ ਦਾ ਸਮਾਜ ਲੈ ਕੇ ਆਉਣ ਲਈ, ਅਤੇ ਉਹ ਫਿਕਰ ਵੀ ਅੱਜ ਸਾਂਝੇ ਹੋਏ, ਜਿਹੜੇ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਨਵੇਂ ਬੱਦਲ ਆਉਣਗੇ, ਨਵੀਂ ਨਵੇਂ ਤਰੀਕੇ ਦੇ, ਫਿਰਕਾ ਪ੍ਰਸਤੀ ਦੇ, ਮੂਲਵਾਦ ਦੇ, ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦੇ, ਦੂਜੇ ਬੰਨੇ ਲੋਕਾਂ ਦੇ ਕਾਫਲੇ ਖੜ੍ਹੇ ਹੋਣਗੇ। ਇਸ ਪੱਖੋਂ ਅੱਜ ਦੇ ਸਮਾਗਮ ਨੇ ਸਲਾਮ ਕੀਤਾ ਪੱਤਰਕਾਰ ਭਾਈਚਾਰੇ ਨੂੰ, ਫੋਟੋ ਜਰਨਲਿਸਟਾਂ ਨੂੰ, ਕਲਮਾਂ ਵਾਲੇ ਲੋਕਾਂ ਨੂੰ, ਉਹਨਾਂ ਨੂੰ ਸਲਾਮ ਕੀਤਾ ਕਿ ਜਾਗੋ, ਆਉਣ ਵਾਲਾ ਕੱਲ੍ਹ ਤੁਹਾਡਾ ਹੈ, ਅਤੇ ਇਸ ਕਰਕੇ ਇੱਥੇ ਜੇ ਵਗਦੀਆਂ ਰਹਿਣੀਆਂ ਪੌਣਾ ਕਪੱਤੀਆਂ, ਤਾਂ ਤੂੰ ਜਗਾ ਦੇ ਮੋਮਬੱਤੀਆਂ, ਤੂੰ ਜਗਾ ਦੇ ਮੋਮਬੱਤੀਆਂ। ਅੱਜ ਬਰਨਾਲਾ ਦੀ ਧਰਤੀ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ, ਜਦੋਂ ਲੋਕਾਂ ਨੇ ਆਪਣੇ ਪਿਆਰੇ ਮਹਿਬੂਬ ਕਵੀ ਨੂੰ ਸਜਦਾ ਕੀਤਾ। ਅੱਜ ਦੇ ਸਮਾਗਮ ਵਿੱਚ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਅਧਿਆਪਕਾਂ, ਮੁਲਾਜ਼ਮਾਂ ਨੇ ਇਕੱਠੇ ਹੋ ਕੇ ਆਪਣੇ ਸ਼ਾਇਰ ਨੂੰ ਸਲਾਮ ਕੀਤਾ ਅਤੇ ਉਹਨੂੰ ਧਰਤੀ ਦਾ ਗੀਤ ਹੋਣ ਦਾ ਸਨਮਾਨ ਦਿੱਤਾ। ਪਾਤਰ ਸਾਹਿਬ 5 ਦਹਾਕਿਆਂ ਤੋਂ ਪੰਜਾਬ ਦੀ ਤ੍ਰਾਸਦੀਆਂ ਦੇ, ਪੰਜਾਬ ਦੀਆਂ ਉਤਰਾਵਾਂ ਚੜਾਵਾਂ ਦੇ, ਪੰਜਾਬ ਦੀਆਂ ਚੁਣੌਤੀਆਂ ਦੇ ਗਵਾਹ ਬਣੇ ਰਹੇ।
ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿੰਨੇ ਤੌਖਲੇ ਸਨ, ਜਿੰਨੇ ਸੰਘਰਸ਼ ਸਨ, ਜਾਂ ਇੱਛਾਵਾਂ ਸਨ, ਉਹਨਾਂ ਨੂੰ ਬੋਲ ਦਿੱਤੇ, ਉਹਨਾਂ ਦੇ ਅੰਗ ਸੰਗ ਰਹੇ, ਉਹਨਾਂ ਦੇ ਲੋਕਾਂ ਦੇ ਸੰਘਰਸ਼ਾਂ ਦੇ ਗਵਾਹ ਬਣੇ, ਅਤੇ ਅੱਜ ਲੋਕਾਂ ਨੇ ਉਹਨਾਂ ਨੂੰ ਸਜਦਾ ਕੀਤਾ। ਮੈਨੂੰ ਨਹੀਂ ਲੱਗਦਾ ਹਿੰਦੁਸਤਾਨ ਦੇ ਵਿੱਚ ਹੋਰ ਇਹੋ ਜਿਹੀਆਂ ਉਦਾਹਰਣਾਂ ਨੇ ਕਿ ਜਿੱਥੇ ਆਮ ਲੋਕ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੂੰ ਕੋਈ ਸਾਹਿਤ ਦੀ ਪਹਿਚਾਣ ਨਹੀਂ, ਕੋਈ ਖਬਰ ਨਹੀਂ, ਉਹ ਤਾਂ ਮਜ਼ਦੂਰ ਨੇ, ਹੱਥਾਂ ਨਾਲ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਕੋਈ ਬੌਧਿਕਤਾ ਨਹੀਂ, ਉਹਨਾਂ ਨੇ ਅੱਜ ਆਪਣੇ ਪਾਤਰ ਦੀ ਕਵਿਤਾ ਨੂੰ ਸੁਣਿਆ, ਸਰਾਹਿਆ, ਉਹਦੇ ਬਾਰੇ ਸੁਣਿਆ ਅਤੇ ਉਹਨੂੰ ਸਲਾਮ ਕੀਤਾ। ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਇੱਕ ਬਹੁਤ ਹੀ ਸਾਡੇ ਸਭ ਲਈ ਮਾਣ ਵਾਲਾ ਦਿਨ ਸੀ। ਬਿਲਕੁਲ, ਲੋਕਾਂ ਨੇ ਪਹਿਲੇ ਵੀ ਆਪਣੇ ਮਹਿਬੂਬ ਕਲਾਕਾਰਾਂ ਨੂੰ, ਰੰਗ ਮੰਚ ਦੇ ਰੰਗ ਕਰਮੀਆਂ ਨੂੰ ਇਸੇ ਤਰ੍ਹਾਂ ਸਨਮਾਨਿਤ ਕੀਤਾ ਹੈ, ਭਾਵੇਂ ਉਹ ਗੁਰਚਰਨ ਸਿੰਘ ਸਨ, ਅਜਮੇਰ ਸਿੰਘ ਔਲਖ ਸਨ, ਗੁਰਦਿਆਲ ਸਿੰਘ ਸਨ, ਸਭ ਨੂੰ, ਜਿਨ੍ਹਾਂ ਨੇ ਵੀ ਲੋਕਾਂ ਦੇ ਜਿਹੜੇ ਤੌਖਲੇ ਹੈ, ਜਿਹੜੇ ਲੋਕਾਂ ਦੀਆਂ ਤਕਲੀਫਾਂ, ਲੋਕਾਂ ਦੇ ਸੰਤਾਪ, ਉਹਨਾਂ ਦੀ ਗੱਲ ਲੋਕਾਂ ਦੇ ਵਿੱਚ ਰਹਿ ਕੇ ਕੀਤੀ, ਲੋਕਾਂ ਨੇ ਉਹਨਾਂ ਨੂੰ ਬੇਹੱਦ ਪਿਆਰ ਦਿੱਤਾ। ਔਰ ਮੈਨੂੰ ਲੱਗਦਾ ਹੈ ਕਿ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਖੁਸ਼ੀ ਹੈ ਕਿ ਗੁਰਚਰਨ ਸਿੰਘ ਸਲਾਮ ਕਾਫਲਾ ਨੇ ਥੋੜ੍ਹੇ ਦਿਨਾਂ ਦੇ ਅੰਦਰ ਹੀ ਇੱਕ ਖੂਬਸੂਰਤ ਪ੍ਰੋਗਰਾਮ ਜਿਹੜਾ ਹੈ ਉਹ ਆਯੋਜਿਤ ਕੀਤਾ, ਜਿਹੜਾ ਧਰਤੀ 'ਤੇ ਗੀਤ, ਧਰਤੀ ਦੇ ਗੀਤ ਦਾ ਸਨਮਾਨ ਚਿੰਨ੍ਹ, ਇੱਕ ਬੇਹੱਦ ਖੂਬਸੂਰਤ ਚਿੰਨ੍ਹ ਪੇਸ਼ ਕੀਤਾ, ਮੈਗਜ਼ੀਨ ਕੱਢਿਆ, ਕਵਿਤਾ ਦੀ ਕਿਤਾਬ ਕੱਢੀ, ਔਰ ਉਹ ਸਭ ਇੰਨੇ ਪਿਆਰ ਨਾਲ ਕੀਤਾ ਜਿਹੜਾ ਅੱਜ ਸਟੇਜ ਤੋਂ ਝਲਕ ਰਿਹਾ ਸੀ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੁਰਜੀਤ ਪਾਤਰ ਹੋਰਾਂ ਨੂੰ ਅੱਜ ਇੰਨੇ ਵੱਡੇ ਅਤੇ ਭਰਵੇਂ ਰੂਪ 'ਚ ਯਾਦ ਕੀਤਾ ਗਿਆ ਹੈ, ਇਹ ਇੱਕ ਨਿਸ਼ਾਨੀ ਹੈ ਕਿ ਲੋਕਾਂ ਦਾ ਸ਼ਾਇਰ ਕੌਣ ਹੁੰਦਾ ਹੈ, ਲੋਕਾਂ ਦਾ ਕਵੀ ਕੌਣ ਹੁੰਦਾ ਹੈ, ਲੋਕਾਂ ਦਾ ਲੇਖਕ ਕੌਣ ਹੁੰਦਾ ਹੈ, ਕੌਣ ਲੋਕਾਂ ਲਈ ਲਿਖਦਾ ਹੈ ਅਤੇ ਲੋਕ ਉਹਨੂੰ ਕਿਸ ਤਰ੍ਹਾਂ ਯਾਦ ਰੱਖਦੇ ਨੇ, ਅਤੇ ਜਦੋਂ ਕੋਈ ਲੋਕਾਂ ਲਈ ਲਿਖਦਾ ਹੈ, ਲੋਕਾਂ ਲਈ ਸ਼ਬਦ ਸੋਹਣੇ ਸਿਰਜਦਾ ਹੈ, ਅਤੇ ਲੋਕ ਫਿਰ ਉਹਨੂੰ ਇੱਦਾਂ ਹੀ ਯਾਦ ਰੱਖਦੇ ਨੇ, ਇੱਦਾਂ ਹੀ ਭਰਵੇਂ ਰੂਪ 'ਚ ਉਹਨੂੰ ਸਲਾਮ ਕਹਿਣ ਵਾਸਤੇ ਆਉਂਦੇ ਆ। ਅਤੇ ਸੁਰਜੀਤ ਪਾਤਰ ਹੁਰੀ ਤਾਂ ਸ਼ਬਦਾਂ ਤੋਂ ਦੂਰ 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 ਬਹੁਤ ਵੱਡੀ ਥਾਂ ਦੇ ਉੱਤੇ ਨੇ, ਅਤੇ ਮੈਂ ਤਾਂ ਬੜਾ ਖੁਸ਼ਨਸੀਬ ਹਾਂ ਕਿ ਮੈਨੂੰ ਬਹੁਤ ਸਾਲ ਉਹਨਾਂ ਦੇ ਨਾਲ ਨਾਲ ਤੁਰਨ ਦਾ ਮੌਕਾ ਮਿਲਿਆ, ਉਹਨਾਂ ਦੇ ਪਿੱਛੇ ਪਿੱਛੇ ਤੁਰਨ ਦਾ ਮੌਕਾ ਮਿਲਿਆ, ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ, ਕੰਮ ਕਰਨ ਦਾ ਮੌਕਾ ਮਿਲਿਆ। ਅਸੀਂ ਚੰਡੀਗੜ੍ਹ 'ਚ ਅਕੈਡਮੀ ਦੇ ਵਿੱਚ ਕੰਮ ਕਰਦੇ ਹੋਏ ਬਹੁਤ ਸਾਲ ਅਸੀਂ ਬਹੁਤ ਸਾਰੇ ਸੁਪਨੇ ਵੇਖੇ, ਉਹਨਾਂ ਨੂੰ ਪੂਰੀਆਂ ਵੀ ਕੀਤਾ, ਅਤੇ ਅਜੇ ਹੋਰ ਬੜੇ ਸਾਰੇ ਸੁਪਨੇ ਸੀ ਪਾਤਰ ਸਾਹਿਬ ਦੇ ਜਿਹੜੇ ਡਿਸਕਸ ਕੀਤੇ ਸੀ, ਪਰ ਉਹ ਰਹਿ ਗਏ, ਪਰ ਪਾਤਰ ਸਾਹਿਬ ਦੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਯਾਦ ਕਰਨ ਵਾਲੇ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੇ। ਜਿਸ ਦਿਨ ਲਾਸਟ ਉਹ ਬਰਨਾਲੇ ਵਿੱਚ ਸੀਗੇ ਪਾਤਰ ਸਾਹਿਬ, ਠੀਕ ਉਸ ਤੋਂ ਇੱਕ ਸ਼ਾਮ ਪਹਿਲਾਂ ਉਹ ਸਾਡੇ ਕੋਲ ਸੀਗੇ, ਅਸੀਂ ਲਾਸਟ ਚੰਡੀਗੜ੍ਹ ਦੇ ਵਿੱਚ ਅਸੀਂ ਇਕੱਠਿਆਂ ਨੇ ਸ਼ਾਮ ਨੂੰ 5:30 ਇੱਕ ਗਰੁੱਪ ਫੋਟੋ ਲਈ ਸੀਗੀ, ਜਿਹਦੇ ਵਿੱਚ ਅਸੀਂ ਜ਼ਬਰਦਸਤੀ ਪਾਤਰ ਸਾਹਿਬ ਨੂੰ ਉਹ ਗੱਡੀ 'ਚ ਜਾ ਰਹੇ ਸੀ, ਉਤਾਰ ਕੇ ਅਸੀਂ ਤਸਵੀਰ ਲਈ ਕਿ ਪਾਤਰ ਸਾਹਿਬ ਆਪਾਂ ਬਿਲਡਿੰਗ ਦੇ ਬਾਹਰ ਫੋਟੋ ਕਰਨੀ, ਅਤੇ ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਕਿ ਤੂੰ ਨਿਰਦੇਸ਼ਕ ਹੈ, ਮੈਂ ਪਾਤਰ ਹਾਂ, ਤੇਰਾ ਕਹਿਣਾ ਤਾਂ ਮੈਂ ਮੋੜ ਨਹੀਂ ਸਕਦਾ, ਮੈਂ ਤਾਂ ਤੇਰੇ ਨਾਟਕ ਦਾ ਪਾਤਰ ਹਾਂ। ਉਹ ਬੜੇ ਪਿਆਰ ਨਾਲ ਔਰ ਬਹੁਤ ਹੀ ਹਲੀਮੀ ਸਤਿਕਾਰ ਨਾਲ ਕਹਿੰਦੇ ਹੁੰਦੇ ਸੀ, ਅਤੇ ਉੱਦਣ ਵੀ ਮੈਨੂੰ ਉਹ ਕਲਾਵੇ 'ਚ ਲੈ ਕੇ ਚੰਡੀਗੜ੍ਹ ਉਹਨਾਂ ਨੇ 5:30 ਸਾਡੀ ਲਾਸਟ ਫੋਟੋ ਸੀ, ਜਿੱਦਣ ਬਰਨਾਲੇ ਤੋਂ ਇੱਕ ਸ਼ਾਮ ਪਹਿਲੇ ਦੀ ਗੱਲ, ਅਤੇ ਉਹ ਬੜੇ ਖੂਬਸੂਰਤ ਪਲ ਸੀਗੇ, ਅਤੇ ਉਹ ਯਾਦਾਂ, ਪਰ ਸਾਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਇੱਦਾਂ ਤੁਰ ਜਾਣਾ, ਅਗਲੇ ਦਿਨ ਬਰਨਾਲੇ ਸੀਗੇ ਅਤੇ ਫਿਰ ਉਹ ਸਾਡੇ ਵਿਚਕਾਰ ਨਹੀਂ ਸੀ। ਬਿਲਕੁਲ, ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਪੰਜਾਬ ਜਿੰਦਾ ਹੈ, ਪੰਜਾਬੀ ਜਿੰਦੇ ਨੇ, ਪੰਜਾਬੀਅਤ ਜਿੰਦੀ ਹੈ, ਇਸ ਧਰਤੀ ਦੇ ਉੱਤੇ ਪੰਜਾਬੀ ਮਾਂ ਬੋਲੀ ਜਿੰਦੀ ਹੈ,
ਪਾਤਰ ਸਾਹਿਬ ਹਮੇਸ਼ਾ ਜਿਉਂਦੇ ਰਹਿਣਗੇ। ਪਾਤਰ ਸਾਹਿਬ ਲੋਕਾਂ ਦੇ ਦਿਲਾਂ ਵਿੱਚ ਨੇ, ਲੋਕਾਂ ਦੀਆਂ ਕਿਤਾਬਾਂ ਵਿੱਚ ਨੇ, ਆਪਣੀਆਂ ਕਿਤਾਬਾਂ ਵਿੱਚ ਨੇ। ਸੋ ਇਸ ਕਰਕੇ ਪਾਤਰ ਸਾਹਿਬ ਕਿਧਰੇ ਨਹੀਂ ਜਾ ਸਕਦੇ। ਜਿਵੇਂ ਅਸੀਂ ਆਪਣੇ ਨਾਟਕ ਨੂੰ ਵੀ ਸਮਾਪਤ ਕੀਤਾ ਹੈ ਕਿ ਮੈਂ ਇੱਕ ਦਿਨ ਫਿਰ ਆਉਣਾ ਹੈ। ਸੋ ਇੱਕ ਦਿਨ ਫਿਰ ਆਉਣ ਤੋਂ ਮਤਲਬ ਇਹ ਹੈ ਕਿ ਉਹਨਾਂ ਨੇ ਸਾਡੇ ਖਿਆਲਾਂ 'ਚ ਆਉਣਾ, ਉਹਨਾਂ ਨੇ ਸਾਡੇ ਮਨਾਂ 'ਚ ਆਉਣਾ ਵਾ, ਉਹਨਾਂ ਨੇ ਆਪਣੇ ਸ਼ਬਦਾਂ ਦੇ ਨਾਲ ਸਾਡੀਆਂ ਕਿਤਾਬਾਂ ਦੇ ਵਿੱਚ ਜਿਉਂਦੇ ਰਹਿਣਾ ਵਾ। ਸੋ ਪਾਤਰ ਸਾਹਿਬ ਨੇ ਇੱਕ ਦਿਨ ਫਿਰ ਆਉਣਾ। ਮੈਂ ਤਾਂ ਬਸ ਹੁਣ ਸਾਰੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹੀ ਕਰਦਾ, ਅੱਜ ਖਾਸ ਤੌਰ 'ਤੇ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਾਇਆ ਗਿਆ, ਅਤੇ ਬਹੁਤ ਅਸੀਂ ਗਹਿਰੇ ਸਦਮੇ ਤੋਂ ਉੱਭਰ ਰਹੇ ਹਾਂ। ਅਤੇ ਇਹ ਚੀਜ਼ਾਂ, ਇੱਦਾਂ ਦੇ ਸ਼ਰਧਾਂਜਲੀ ਸਮਾਗਮ ਸਾਡੇ ਸਾਨੂੰ ਹੌਸਲਾ ਦਿੰਦੀਆਂ ਕਿ ਇਹਨਾਂ ਲੋਕ ਉਹਨਾਂ ਨੂੰ ਪਿਆਰ ਦੇ ਰਹੇ ਆ। ਸੋ ਇੱਕ ਤਰ੍ਹਾਂ ਦਾ ਬਹੁਤ ਦਿਲ ਨੂੰ ਠੰਡ ਪਾਉਣ ਵਾਲੀ ਇੱਕ ਇੱਕ ਸਮਾਗਮ। ਲਾਸਟ ਵੀ ਪਾਤਰ ਸਾਹਿਬ ਬਨਾਲੇ ਵਿੱਚ ਹੀ ਹੋ ਕੇ ਗਏ ਸੀ ਉਸ ਦਿਨ ਜਦੋਂ ਗਏ ਸ਼ਾਮ ਦੇ ਸ਼ਾਮ, ਅਤੇ ਅੱਜ ਬਨਾਲਿਆਂ ਦਾ ਪਿਆਰ ਅਤੇ ਜਿਵੇਂ ਉਹਨਾਂ ਨੂੰ ਯਾਦ ਕੀਤਾ ਗਿਆ, ਕਿਸ ਤਰ੍ਹਾਂ ਸਮਾਨ? ਸੋ ਬਰਨਾਲਾ ਉਹ ਸ਼ਹਿਰ ਹੈ ਜਿੱਥੇ ਉਹਨਾਂ ਨੇ ਜਿਸਮਾਨੀ ਤੌਰ 'ਤੇ ਆਪਣਾ ਆਖਰੀ ਦਿਨ ਗੁਜ਼ਾਰਿਆ, ਅਤੇ ਉਹਨਾਂ ਨੇ ਜਿਹੜੀ ਰਚਨਾ ਪੜ੍ਹੀ। ਸੋ ਮੈਂ ਤਾਂ ਹੁਣ ਇੱਦਾਂ ਸੀਗਾ ਵੀ ਮੇਰਾ ਆਉਣਾ ਬਹੁਤ ਜ਼ਰੂਰੀ ਸੀ ਇੱਥੇ। ਸਾਨੂੰ ਜਦੋਂ ਇੱਥੇ ਬੁਲਾਇਆ ਗਿਆ, ਮੈਂ ਥੋੜ੍ਹਾ ਦੁਚਿੱਤੀ ਸੀਗਾ ਵੀ ਅਜੇ ਬੜੇ ਸਾਡੇ ਜ਼ਖਮ ਮੱਲੇ ਆ, ਅਤੇ ਅਸੀਂ ਫਿਰ ਉਹਨਾਂ ਪਰ ਜਿਹੜੇ ਅਮੋਲਕ ਜੀ, ਜੱਸੀ ਜੀ ਅਤੇ ਡਾਕਟਰ ਪਰਵਿੰਦਰ ਹੋਣਾ ਨੇ ਜਿਹੜੀ ਸਾਡੇ ਸਾਹਮਣੇ ਰੂਪ ਰੇਖਾ ਦਿਖਾਈ ਕਿ ਇੱਦਾਂ ਦਾ ਪ੍ਰੋਗਰਾਮ ਹੋਊਗਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ, ਜਿਵੇਂ ਬਹੁਤ ਲੋਕ, ਬਹੁਤ ਕਿਸਾਨ, ਬਹੁਤ ਮਜ਼ਦੂਰ ਆਉਣਗੇ। ਸੋ ਅਸੀਂ, ਸਾਡੀ ਹਿੰਮਤ ਨਹੀਂ ਪਈ ਕਿ ਅਸੀਂ ਇਸ ਪ੍ਰੋਗਰਾਮ 'ਤੇ ਆਉਣ ਨੂੰ ਨਾ ਕਰ ਸਕੀਏ। ਤੋ ਇਸ ਬਰਨਾਲੇ ਆਉਣਾ ਸਾਡਾ ਜ਼ਰੂਰੀ ਵੀ ਸੀਗਾ, ਕਿਉਂਕਿ ਮੈਨੂੰ ਲੱਗਦਾ ਵੀ ਕਿਉਂਕਿ ਆਖਰੀ ਦਿਨ ਉਹਨਾਂ ਨੇ ਇੱਥੇ ਗੁਜ਼ਾਰਿਆ ਸੀਗਾ, ਅਤੇ ਜਿਹੜੀ ਚੀਜ਼ ਉਹਨਾਂ ਨੇ ਉੱਥੇ ਉਸ ਦਿਨ ਉੱਥੇ ਗਾਈ ਸੀ ਇੱਥੇ, ਸੋ ਮੈਂ ਉਹੀ ਚੀਜ਼ ਅੱਜ ਮੈਂ ਵੀ ਗੁਣਗੁਣਾਈ, ਅਤੇ ਮੈਨੂੰ ਇਸ ਚੀਜ਼ ਦੀ ਥੋੜ੍ਹੀ ਤਸੱਲੀ ਹੋਈ ਕਿ ਚਲੋ ਮੈਂ ਜਿੱਥੋਂ ਕਹਾਣੀ ਖਤਮ ਹੋਈ ਸੀ ਉੱਥੋਂ ਚੱਲੀ। ਮੈਂ ਦੇਖੋ, ਮੇਰੇ ਪਾਪਾ ਜਿਵੇਂ ਲਿਖਦੇ ਸੀਗੇ, ਮੈਂ ਸ਼ੁਰੂ ਤੋਂ ਉਹਨਾਂ ਦੀਆਂ ਚੀਜ਼ਾਂ ਗਾਉਂਦਾ ਰਿਹਾ। ਸੋ ਹੁਣ ਵੀ ਜਿਹੜੇ ਨਾਟਕ 'ਚ ਜਿਹੜੇ ਚੀਜ਼ਾਂ ਗਾਈਆਂ ਗਈਆਂ ਉਹ ਜ਼ਿਆਦਾਤਰ ਉੱਥੋਂ ਹੀ, ਜਿਹੜਾ ਕਿਸਾਨੀ ਅੰਦੋਲਨ ਜਦੋਂ ਚੱਲਦਾ ਸੀ ਉਦੋਂ ਬਹੁਤ ਅਸੀਂ ਐਕਟਿਵ ਸੀਗੇ, ਬਹੁਤ 15-20 ਚੀਜ਼ਾਂ ਅਸੀਂ ਇਕੱਠਿਆਂ ਨੇ ਕੀਤੀਆਂ। ਸੋ ਮੈਂ ਜੁੜਿਆ ਰਿਹਾ ਸ਼ੁਰੂ ਤੋਂ ਕਲਾ ਨਾਲ, ਅਤੇ ਪਾਪਾ ਨਾਲ ਵੀ, ਪਾਪਾ ਦੀਆਂ ਚੀਜ਼ਾਂ ਹੀ ਗਾਉਂਦਾ ਰਿਹਾ ਮੈਂ। ਅਤੇ ਭਾਅ ਜੀ ਜਦੋਂ ਵੀ ਅਮੋਲਕ ਜੀ ਜਾਂ ਪਰਵਿੰਦਰ ਜੀ ਜਾਂ ਜੱਸੀ ਜਦੋਂ ਵੀ ਯਾਦ ਕਰਨਗੇ, ਮੈਂ ਜ਼ਰੂਰ ਆਊਂਗਾ।